ਸਾਰੀਆਂ ਦੇਖ ਲਓ ਤਵੀਆਂ ਪੈਨ ਆਖਰੀ ਸਰਾਖ 'ਚ ਪਾਈਆਂ ਹੋਈਆਂ ਨੇ, ਦੂਏ ਹਾਈ 'ਚ ਥੋੜ੍ਹੇ ਜਿਹੇ ਵੱਧ ਚੱਕਰ ਤੋੜਦਾ ਸੀ। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਬਾਈ ਅੱਜ ਆਪਾਂ ਆਹ ਦੋਨੇ ਟਰੈਕਟਰ ਦੇਖਣੇ ਹੈ। ਇਹ ਹੈਗਾ ਜਿਹੜਾ ਨਵਾਂ ਟਰੈਕਟਰ ਲਿਆ ਬਾਈ F41 55 HP ਕੈਟਾਗਰੀ ਵਾਲਾ, ਆਹ ਆਪਣਾ ਟਰੈਕਟਰ ਹੈ F23 2021 ਮਾਡਲ, ਜਿਹੜਾ ਪੂਰਾ 55 HP 'ਚ ਆਉਂਦਾ ਸੀ। ਪਿੱਛੇ ਬਾਈ ਇਹਦੇ ਤਵੀਆਂ ਨੇ 18 ਤਵੀਆਂ ਨੇ। ਆਪਾਂ ਦੇਖਾਂਗੇ ਪਹਿਲਾਂ ਇਹਦੇ ਨਾਲ ਚਲਾ ਕੇ ਸੇਮ RPM 'ਤੇ, ਕਿਉਂਕਿ ਬਹੁਤ ਵੀਰਾਂ ਨੂੰ ਕਨਫਿਊਜ਼ਨ ਆ, ਕਹਿੰਦੇ ਨੇ ਵੀ ਉਹ ਟਰੈਕਟਰ ਦਾ ਫਰਕ ਹੈ ਜੀ, ਇਹਦਾ ਫਰਕ ਹੈ। ਆਪਾਂ ਇੱਕੋ ਜਿਹੇ ਗੇਅਰ ਦੇ ਵਿੱਚ ਇੱਕੋ ਜਿਹੀ ਰੇਸ 'ਤੇ ਪਹਿਲਾਂ ਇਹਦੇ ਨਾਲ ਗੇੜੇ ਦੇ ਕੇ ਦੇਖਾਂਗੇ, ਫਿਰ ਇਹਦੇ ਨਾਲ ਗੇੜੇ ਦੇ ਕੇ ਦੇਖਾਂਗੇ, ਵੀ ਕਿਹਦੀ ਪਰਫੋਰਮੈਂਸ ਵਧੀਆ ਆਉਂਦੀ ਆ ਕਿ ਜਾਂ ਇੱਕੋ ਜਿਹੀ ਆਉਂਦੀ ਆ। ਕਿਉਂਕਿ ਕੰਪਨੀ ਦਾ ਕਹਿਣਾ ਵੀ ਇਹਦੇ 'ਚ ਸੇਮ ਇੰਜਣ ਹੈ, ਉਹੀ ਬੋਰ ਸਟੋਕ ਹੈ, ਬਸ ਇੱਕ EGR ਨਹੀਂ ਹੈਗਾ, ਜਾਂ ਇਹਦੇ ਬਸ ਥੋੜ੍ਹੇ ਜਿਹੇ ਪੰਪ 'ਚੋਂ ਕੋਈ ਮਾੜਾ ਮੋਟਾ ਹੀ ਕਰਿਆ ਹੋਇਆ, ਵੀ 1-2 ਪਾਵਰ ਦਾ ਹੀ ਫਰਕ ਆ ਮਸਾਂ। ਪਰਫੋਰਮੈਂਸ ਕਹਿੰਦੇ ਸੇਮ ਹੀ ਆਊਗੀ। ਚਲੋ ਆਪਾਂ ਦੇਖਦੇ ਹਾਂ, ਪਹਿਲਾਂ ਇਹਦੇ ਨਾਲ ਆਪਾਂ ਵਾ ਕੇ ਦੇਖਦੇ ਹਾਂ ਵੀ ਇਹ ਕਿਹੋ ਜਿਹੀ ਪਰਫੋਰਮੈਂਸ ਦਿੰਦਾ। ਲੈ ਵੀ ਵੀਰੋ, ਆਪਾਂ 18 ਤਵੀਆਂ ਉਹਦੇ ਮਗਰ ਪਾਤੀਆਂ ਅਤੇ ਫੁੱਲ ਖੋਲਤੀਆਂ। ਮੀਂਹ ਪਿਆ ਹੋਇਆ ਵਾ, ਬੱਤ ਖੇਤ ਹੈ, ਨਾ ਬਹੁਤ ਗਿੱਲਾ ਨਾ ਸੁੱਕਾ। ਦੂਜੇ ਹਾਈ ਦੇ ਵਿੱਚ ਚਲਾਉਂਦਾ, ਆਪਾਂ ਦੂਏ ਹਾਈ 'ਚ ਵੀ ਚਲਾ ਕੇ ਦੇਖਾਂਗੇ। ਪਹਿਲੇ ਹਾਈ 'ਚ ਵੀ ਮੈਂ ਤੁਹਾਨੂੰ ਉੱਪਰ ਹੋ ਕੇ ਦਿਖਾਊਂ ਵੀ ਇਹ ਕਿੰਨੇ RPM ਡਰੋਪ ਕਰਦਾ। ਦੇਖੋ ਤਵੀਆਂ ਕਿੰਨੀਆਂ ਲੱਗਦੀਆਂ ਨੇ, ਬੇਜ ਹੈ ਕਿਉਂਕਿ ਖੇਤ ਗਿੱਲਾ ਹੀ ਆ। ਆਪਾਂ ਉੱਤੇ ਹੋ ਕੇ ਦੇਖਦੇ ਹਾਂ ਵੀ ਇਹ ਕਿੰਨੇ RPM ਡਰੋਪ ਕਰਦਾ ਅਤੇ ਦੂਆ ਕਿੰਨੇ ਕਰੂਗਾ। ਕਿੰਨੀ ਰੇਸ 'ਤੇ ਚਲਾਉਣਾ? 1500-1600 'ਤੇ। ਕਿਹੜੇ ਗੇਅਰ 'ਚ? ਦੂਏ ਹਾਈ 'ਚ। ਪਹਿਲਾਂ ਹੁਣ ਐਂ ਕਰ, ਇਹਨੂੰ ਪਹਿਲੇ ਹਾਈ 'ਚ ਚਲਾ, ਪਹਿਲਾਂ ਰੇਸ ਸੈੱਟ ਕਰ ਦੇ। ਤੋਂ ਥੋੜ੍ਹੀ ਜਿਹੀ ਵੱਧ ਹੈ ਅਤੇ ਜੋ ਪਹਿਲਾ ਹਾਈ ਹੈ। ਚੱਲ ਬਈ, ਭਾਈ ਜੀ ਮਸਾਂ 100 RPM ਤੋੜਦਾ। ਤਵੀਆਂ ਮੈਂ ਤੁਹਾਨੂੰ ਦਿਖਾਊਂ, ਪੂਰੀਆਂ ਫੁੱਲ ਖੋਲੀਆਂ ਹੋਈਆਂ ਨੇ ਅਤੇ ਲੱਗਦੀਆਂ ਵੀ ਵਧੀਆ ਨੇ। ਹੁਣ ਆਪਾਂ ਦੇਖਦੇ ਹਾਂ ਦੂਏ ਹਾਈ 'ਚ, ਦੂਆ ਹਾਈ ਪਾ ਇੰਨੀ ਓ ਰੇਸ 'ਤੇ। ਪਾ ਦੂਆ ਹਾਈ ਲਓ ਜੀ, ਉੱਨੀ ਓ ਰੇਸ 'ਤੇ ਹੁਣ ਦੂਆ ਹਾਈ ਪਾ ਲਿਆ। ਦੇਖਦੇ ਹਾਂ ਹੁਣ ਦੂਏ ਹਾਈ 'ਚ ਟਰੈਕਟਰ ਕਿੰਨੇ RPM ਦੌੜੂ। ਮੈਨੂੰ ਰੋਕ ਕੇ ਲਾ ਦੇ। ਲਓ ਜੀ ਵੀਰੋ, ਤੁਸੀਂ ਦੇਖ ਲਿਆ ਪਹਿਲੇ ਹਾਈ ਦੇ ਵਿੱਚ 100 ਚੱਕਰ ਤੋੜਦਾ। ਤਵੀਆਂ ਦੇਖ ਲਓ, ਤਵੀਆਂ ਆਪਾਂ ਐਨ ਆਖਰੀ ਸਰਾਖ 'ਚ ਪਾਈਆਂ ਹੋਈਆਂ ਨੇ, ਦੂਏ ਹਾਈ 'ਚ ਥੋੜ੍ਹੇ ਜਿਹੇ ਵੱਧ ਚੱਕਰ ਤੋੜਦਾ ਸੀ ਅਤੇ ਪਹਿਲੇ ਹਾਈ 'ਚ ਮਸੀਂ 100-125 ਚੱਕਰ ਤੋੜਦਾ ਸੀ। ਹੁਣ ਆਪਾਂ ਦੇਖਾਂਗੇ ਵੀਰੇ ਦੂਆ ਟਰੈਕਟਰ ਉਹ ਖੜ੍ਹਾ F41। ਲੈ ਵੀ ਵੀਰੋ, ਆਪਾਂ ਹਾਂ F41 ਪਾਉਣ ਲੱਗੇ ਹਾਂ ਹੁਣ ਇਹਨਾਂ ਤਵੀਆਂ 'ਤੇ। ਉਹ ਟਰੈਕਟਰ ਆਪਾਂ ਕੱਢ ਤਾ, ਹੁਣ ਇਹਨੂੰ ਦੇਖਾਂਗੇ 19 ਰੇਸ 'ਤੇ ਆਪਾਂ ਚਲਾਵਾਂਗੇ। ਉੱਥੇ ਹੀ ਤਵੀਆਂ, ਉਹੀ ਡਰਾਈਵਰ ਹੈ, ਇਹਨੂੰ ਕਿਹਾ ਮੋੜ ਕੇ ਲਿਆ, ਫਿਰ ਮੈਂ ਉੱਪਰ ਹੋ ਕੇ ਤੁਹਾਨੂੰ RPM ਅਤੇ ਸਾਰਾ ਕੁਛ ਦਿਖਾਊਂ ਵੀ ਟਰੈਕਟਰ ਦੀ ਪਰਫੋਰਮੈਂਸ 'ਚ ਕਿੰਨਾ ਕੁ ਫਰਕ ਹੈ। ਪਤਾ ਤਾਂ ਬਾਈ ਜੀ 2 ਗੇੜਿਆਂ 'ਚ ਲੱਗ ਜਾਂਦਾ ਟਰੈਕਟਰ ਦਾ। ਆਹ ਦੇਖੋ ਹੈਰੋ ਲੱਗਦੀ ਬਹੁਤ ਆ, ਕਿੱਡਾ ਖਾਲ ਪਾ ਰਹੀ ਆ ਸਾਈਡ 'ਤੇ, ਦੇਖੋ ਲਵਾਈ ਦਾ ਨਹੀਂ ਕੋਈ ਫਰਕ। ਹੁਣ ਇਹ ਗੇੜੇ 'ਚ ਲੈ ਕੇ ਆਊ, ਸੇਮ ਉੱਦਾਂ ਦਾ ਹੀ ਗੇੜਾ ਵਾ। ਪਹਿਲਾਂ ਆਪਾਂ ਉਹ ਗੇੜੇ 'ਚ ਆਏ ਹਾਂ, ਹੁਣ ਆਪਾਂ ਆਹ ਗੇੜੇ 'ਚ ਆਉਣਾ। 19 ਰੱਖਾਂਗੇ ਰੇਸ ਅਤੇ ਪਤਾ ਲੱਗ ਜੂ ਵੀ ਟਰੈਕਟਰ ਦਾ ਕਿੰਨਾ ਕੁ ਫਰਕ ਹੈ।
आरपीएम ने भाई, ओही तवियां ने, ओही खेत है, उन्नी रेस से ही जाता। आ खंबे तो बाद आप दूजा हाई पा के देख रहे हैं, थोड़ा जहा इधर रख ला पा दूगा। लो जी हम इन्हें आरपीएम से आप दूए च देखते हैं, होर दिखा देना। वो खाली से टायर करके, क्योंकि आपा पहला वाला ट्रैक्टर खाली से टायर करके चलाया थी, आपा मोड़ के दिखाउनी और रेस करती, दूआ हाई है, दूजा हाई है भाई जी। देखिए हुण परफॉर्मेंस का कितना का फर्क आउंदा है। परफॉर्मेंस का कोई फर्क नहीं है। आ देखो एन खाल के बिच टायर जा रहा है, मैं ला दे बस दे ला दो गेड़े लै भी भीरे। ओही हैरो है आखिरी सराख च है हूँ, F41 के पिछे पाई हुई सी, पहला F23 के पिछे सी, ते कोई आ देखो F41 आ, कोई फर्क नहीं आया भाई, सेम इको जी परफॉर्मेंस है। जिमें कई लोग कहते हैं भी जोड़ा 55 HP है वह तकड़ा ट्रैक्टर, तो जोड़ा 55 HP कैटागरी है वह खानी भी बहुत माड़ा ट्रैक्टर, मतलब दुए ना 2-3 horsepower का फर्क है। तो परफॉर्मेंस वाइज भाई जी भाई तवियां तो बहुत भीर कहे भी दो होर चला के देखना सी भाई जी, तुम आप देख सकते हो, देखो मतलब किन्ना बड़ा खाल पै रहा, बत्त खेत आ भाई, बत्त तो भी गिला ही आ, हूँ दो पा लीए दो ते भी उन्ना ही उही कुछ है। बड़ी गलत है भी परफॉर्मेंस वाइज आप देखना सी भी की गल हो इन इतने स्लिपेज करेगा या RPM वध ड्रॉप करके चलूगा, वो कुछ नहीं भाई ट्रैक्टर ने करे सेम परफॉर्मेंस आई है। तो यह सी वीडियो भाई, हूँ अगे की एक वीडियो आप गेयरों की चाल तो जरूर बनावे, गेयर स्पीड का जरूर फर्क है, दुए हाई से ऐ लगता सी ट्रैक्टर जिमें थोड़ा वध तुरदा हुंदा। तो यह सी सारी वीडियो, जे वीडियो वधिया लगे वीडियो नू लाइक कमेंट जरूर करो, तो अपने भरा दे चैनल नू जरूर सबसक्राइब करो। सत श्री अकाल सारे जणां।